ਪੂਰੀ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਬਾਕੀ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਲੌਕਡਾਊਨ ਕੀਤਾ ਹੋਇਆ ਹੈ। ਇੱਕ ਪਾਸੇ ਤਾਂ ਕਾਰੋਬਾਰੀਆਂ ਦੇ ਕੰਮਕਾਜ ਠੱਪ ਹੋਏ ਪਏ ਨੇ ਤੇ ਦੂਜੇ ਪਾਸੇ ਗਰੀਬ ਲੋਕ ਰੋਟੀ ਤੋਂ ਵੀ ਮੁਹਤਾਜ ਨੇ। ਇਸ ਆਫ਼ਤ ਦੀ ਕੜੀ ਵਿੱਚ ਇੱਕ ਵਾਰ ਫਿਰ ਜਰੀਆ ਸੰਸਥਾ ਉੱਭਰ ਕੇ ਸਾਹਮਣੇ ਆ ਰਹੀ ਹੈ। ਮਸ਼ਹੂਰ ਫਿਲਮੀ ਅਦਾਕਾਰ ਬੀਨੂ ਢਿੱਲੋਂ ਦੁਆਰਾ ਚਲਾਈ ਜਾ ਰਹੀ ਇਸ NGO ਦੀਆਂ ਅਲੱਗ ਅਲੱਗ ਟੀਮਾਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੇ ਚੱਲਦਿਆਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਗਰੀਬ ਲੋਕਾਂ ਨੂੰ ਲੰਗਰ ਛਕਾਉਣ ਅਤੇ ਰਾਸ਼ਨ ਵੰਡਣ ਦਾ ਕਾਰਜ ਕਰ ਰਹੀਆਂ ਨੇ, ਜਿਸ ਦੇ ਤਹਿਤ ਸੰਸਥਾ ਦੇ ਜਨਰਲ ਸੈਕਟਰੀ ਜਤਿੰਦਰ ਸਿੰਘ ਜੀਤਾ ਨੇ ਮੀਡੀਆ ਦੇ ਨਾਲ ਰੂਬਰੂ ਹੁੰਦਿਆਂ ਜਾਣਕਾਰੀ ਸਾਂਝੀ ਕੀਤੀ। ਸਾਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜ਼ਰੀਆ NGO ਜਿਹੜੀ ਕਿ ਬੀਨੂ ਢਿੱਲੋਂ ਵੱਲੋਂ ਚਲਾਈ ਜਾ ਰਹੀ ਹੈ, ਉਸ ਦੇ ਤਹਿਤ ਅੱਜ ਅਸੀਂ ਇਸ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਅੱਜ ਫਿਰ ਕੁਝ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਰਾਸ਼ਨ ਵੰਡਿਆ ਅਤੇ ਨਾਲ ਹੀ ਲੰਗਰ ਦੀ ਸੇਵਾ ਕੀਤੀ ਗਈ ਹੈ। ਅਤੇ ਇਸ ਦੇ ਤਹਿਤ ਹੀ ਸਾਡੀ ਦੋ ਟੀਮਾਂ ਕੰਮ ਕਰ ਰਹੀਆਂ ਨੇ, ਜਿਵੇਂ ਕਿ ਜਲੰਧਰ ਦੇ ਵਿੱਚ ਬਾਈ ਦੀਪ ਪਿਓਰੀ ਨੇ ਅਤੇ ਮੁਕਤਸਰ ਦੇ ਵਿੱਚ ਸਜੀ ਨੇ। ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋੜਵੰਦਾਂ ਤੱਕ ਪਹੁੰਚਾਇਆ ਜਾ ਸਕੋ। ਸਾਡਾ ਨੰਬਰ ਥੱਲੇ ਡਿਸਪਲੇ ਹੋ ਰਿਹਾ ਅਤੇ ਵੱਧ ਤੋਂ ਵੱਧ ਸਾਨੂੰ ਤੁਸੀਂ ਅਪਰੋਚ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਬੀਨੂ ਢਿੱਲੋਂ ਵੱਲੋਂ ਇੱਕ ਸੰਸਥਾ ਸ਼ੁਰੂ ਕੀਤੀ ਹੈ ਜਰੀਆ, ਗਰੀਬਾਂ ਦੀ ਮਦਦ ਕਰਨ ਲਈ, ਉਹਦੀ ਜਲੰਧਰ ਇਕਾਈ ਤੋਂ ਅਸੀਂ ਛੋਟੇ ਉਪਰਾਲਾ ਕਰਨ ਲੱਗੇ ਹਾਂ ਲੋੜਵੰਦਾਂ ਲਈ ਰਾਸ਼ਨ ਪਾਉਂਦਾ। ਉਹ ਸਾਰੇ ਵਲੰਟੀਅਰ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਆ, ਇਹ ਬਹੁਤ ਵੱਡੀ ਆਫਤਾ ਸਾਡੇ ਪੰਜਾਬ 'ਤੇ, ਪੂਰੇ ਦੇਸ਼ 'ਤੇ, ਸਾਰੇ ਥੋੜ੍ਹਾ ਥੋੜ੍ਹਾ ਕਿਸੇ ਗਰੀਬ ਦੀ, ਕਿਸੇ ਲੋੜਵੰਦ ਦੀ ਹੈਲਪ ਕਰੋ। ਕਾਬਿਲੇ ਤਾਰੀਫ ਹੈ ਕਿ ਜਰੀਆ ਸੰਸਥਾ ਪਹਿਲਾਂ ਵੀ ਹੋਰ ਸਮਾਜ ਭਲਾਈ ਦੇ ਕਾਰਜ ਕਰਦੀ ਰਹਿੰਦੀ ਹੈ, ਜਿਨ੍ਹਾਂ ਵਿੱਚ ਹਰਿਆਲੀ ਨੂੰ ਬੜਾਵਾ ਦੇਣ ਲਈ ਪੌਦੇ ਲਗਾਉਣਾ ਅਤੇ ਲੋੜਵੰਦਾਂ ਲਈ ਖੂਨਦਾਨ ਕੈਂਪ ਲਗਾਉਣੇ ਅਹਿਮ ਉਪਰਾਲੇ ਹਨ। kingsmedia.com